ਮਾਤਾ ਚਰਨ ਕੌਰ ਨੇ ਨਿੱਕੇ ਸਿੱਧੂ ਮੂਸੇਵਾਲੇ ਦੇ ਨਾਲ ਆਪਣਾ ਪਹਿਲਾ ਜਨਮਦਿਨ ਮਨਾਇਆ, ਜਿਹਦੀਆਂ ਕਿ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ, ਜਿਸ ਦੇ ਵਿੱਚ ਮਾਤਾ ਚਰਨ ਕੌਰ ਨੇ ਆਪਣੀ ਗੋਦੀ ਦੇ ਵਿੱਚ ਛੋਟੇ ਸਿੱਧੂ ਮੂਸੇਵਾਲੇ ਨੂੰ ਲਿਆ ਹੋਇਆ ਅਤੇ ਨਾਲ ਦੀ ਨਾਲ ਕੇਕ ਕੱਟ ਕਰਦੇ ਪਏ ਨੇ। ਸੋ ਸਾਰੇ ਭਰਾ, ਪਹਿਲਾਂ ਤਾਂ ਸਿੱਧੂ ਨੂੰ ਚਾਹੁਣ ਵਾਲੇ ਮਾਤਾ ਚਰਨ ਕੌਰ ਨੂੰ ਉਹਨਾਂ ਦੇ ਜਨਮਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ। ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਅੱਜ ਸਿੱਧੂ ਮੂਸੇਵਾਲਾ ਬਾਈ ਜਿਉਂਦਾ ਹੁੰਦਾ ਤਾਂ ਮਾਤਾ ਚਰਨ ਕੌਰ ਦਾ ਜਨਮਦਿਨ ਆ ਜਿਹੜਾ ਕਿ ਉਹ ਬਹੁਤ ਸਪੈਸ਼ਲ ਹੋਣਾ ਸੀ, ਕਿਉਂਕਿ ਜਨਮਦਿਨ ਦੇ ਉੱਪਰ ਗਾਣਾ ਵੀ ਰਿਲੀਜ਼ ਕਰਦਾ ਹੁੰਦਾ ਸੀ ਅਕਸਰ ਹੀ ਸਿੱਧੂ ਬਾਈ। ਸੋ ਉੱਥੇ ਹੀ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਮਾਤਾ ਚਰਨ ਕੌਰ ਨਾਲ, ਜਿਸਦੀ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜ਼ਿੰਦਗੀ ਦੇ ਹਰੇਕ ਉਤਾਰ ਚੜ੍ਹਾਅ ਵਿੱਚ ਮੇਰੇ ਤੋਂ ਪਹਿਲਾਂ ਉਹਨਾਂ ਦਾ ਸਾਹਮਣਾ ਕਰਨ ਲਈ ਡੱਗ ਮੰਗਾਉਂਦੇ, ਰਸਤੇ ਵਿੱਚ ਮੇਰਾ ਦੋਸਤ, ਮੇਰੀ ਮਾਂ ਅਤੇ ਇੱਕ ਨੇਕ ਸਾਥੀ ਬਣ ਕੇ ਮੇਰਾ ਸਾਥ ਦੇਣ ਲਈ ਆਪ ਜੀ ਦਾ ਧੰਨਵਾਦ। ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਰੱਬ ਅੱਗੇ ਇਹੀ ਅਰਦਾਸ ਕਰਦਾ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਅਤੇ ਤੁਹਾਡੀ ਮੁਸਕਾਨ ਚਿਹਰੇ 'ਤੇ ਹਮੇਸ਼ਾ ਬਣੀ ਰਹੇ, ਵਾਹਿਗੁਰੂ ਆਪ ਜੀ ਦੇ ਅੰਗ ਸੰਗ ਸਹਾਈ ਰਹਿਣ। ਸੋ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਮਾਤਾ ਚਰਨ ਕੌਰ ਜੀ ਨੂੰ ਉਹਨਾਂ ਦੇ ਜਨਮਦਿਨ ਦੀਆਂ ਵਧਾਈਆਂ ਜ਼ਰੂਰ ਦਿਓ। ਬਾਕੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਰੱਬ ਰਾਖਾ।